बिस्मिल्लाहिर्रहमानिर्रहीम, अस्सलाम वालेकुम। वेलकम जी, आई वेलकम कर दिया जी थोड़ा अपने चैनल अलीसा सहर ब्लॉग्स से। उम्मीद कर दिया जी सब ठीक ठाक होंगे। अल्लाह पाक सुन सबनों सेहत और तंदुरुस्ती अता फरमाए, बीमारियों को महफूज रखे, आमीन सुम्मा आमीन। हाँ जी जी, अज जी मैं मिट्टी के मौजूद हाँ। जिदा कि थोड़ा पता कि मैं अक्सर मिट्टी के खेलती रहनी, मैं मिट्टी बहुत ज़्यादा पसंद आ। हूँ जी तुम देख रहे हो मेरे को जी भिगोई हुई मिट्टी। हूँ जी इस्तेमाल किदा किया जाता वो भी पट्ठे के उपर वो थोड़ा दसेंगे। अज जी आए हुए हैं पट्ठे के उपर जिथे मिट्टी दियाँ कच्चिया ईंटा बनाई जा पक्या ईंटा बनाई जा गाँव के जोड़े घर होंगे ना इदा बनाए जाते हैं कच्चिया मिट्टा कच्ची ईंटा ने कच्ची मिट्टी के तो पट्ठे के मौजूद आ जोड़े मजदूर आ जोड़े काम करते उन्होंने ही घर बनाए हुए आए अभी दिखाने। हाँ जी जी, इतने मेहनत की जाती इन्नी ज़्यादा धुप होंगी जिदा कि तुम देख रहे हो, इन्नी ज़्यादा गर्मी के काम किया जाता, मेहनत भी थोड़ी जी मिलती है। तो आप अस पट्ठे के उपर मौजूद हाँ, जरा घुमा के दिखाओ कि इस तरीके इतने काम हो रहा। हूँ मशीन काम हो रहा क्योंकि गर्मी है, दोपहर के मशीन काम से सुबह शाम हाथों के नाल इटा बनाई जा रही। माशाल्लाह जी मैंने बहुत अच्छा लग रहा इतने आगे क्योंकि मेरी ही पसंद इतनी चीज़ा मौजूद आ। पहले भी बैठे ही थोड़े ना ब्लॉग शेयर की थी या जरा गाड़ी दिखाइयो जरा गाड़ी जी गाँव के आम इस्तेमाल की जाती है क्योंकि गड्डिया वगैरह तो नहीं इस्तेमाल ही ना कर सकती, महंगी होंगे वा। हाँ जी जी, जो मिट्टी वाले घर आ ठंडे होंगे ठंडे होंगे गर्मिया वगैरह के अच्छे रहेंगे। वो जी अज का मिट्टी के नाल इतने ईंटा बनाई जा रही है किस तरीके मेहनत की जाती है वो थोड़ी बनाई।
ਹਾਂ ਜੀ ਜੀ ਆ ਦੇਖ ਰਹੇ ਸੀ ਇੱਥੇ ਮੈਨੂੰ ਚੇਂਜਾਂ ਤਿਆਰ ਕੀਤੀਆਂ ਹੋਈਆਂ ਵਾ ਜਿਹੜਾ ਕਿ ਸਾਨੂੰ ਤਿਆਰ ਕਰਕੇ ਦਿਖਾਈਆਂ ਦੇਖ ਲਓ ਜੀ ਇਹਨੂੰ ਇਹਨਾਂ ਨੂੰ ਨਾ ਧੁੱਪ ਦੇ ਵਿੱਚ ਖੁਸ਼ਕ ਹੋਣ ਲਈ ਰੱਖਿਆ ਹੋਇਆ ਜਦੋਂ ਖੁਸ਼ਕ ਹੋਊਗੀ ਫਿਰ ਇਹਨਾਂ ਨੂੰ ਨਾ ਅੱਗ ਦੇ ਵਿੱਚ ਪਕਾਇਆ ਜਾਊਗਾ ਪਕਾ ਕੇ ਉਸ ਤੋਂ ਬਾਅਦ ਪੱਕੀ ਤਿਆਰ ਹੁੰਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਅਤੇ ਇੱਟ ਕਿੰਨੀ ਸਸਤੀ ਹੁੰਦੀ ਆ ਤੁਹਾਨੂੰ ਖੁਦ ਨੂੰ ਪਤਾ ਤੁਸੀਂ ਘਰ ਬਣਾਉਂਦੇ ਹੋ ਨਾ ਇੱਟ ਇਹੀ ਇੱਟਾਂ ਇਸਤੇਮਾਲ ਕੀਤੀਆਂ ਜਾਂਦੀਆਂ ਅਤੇ ਗਾਓ ਦੇ ਵਿੱਚ ਲੋਕ ਮਹੀਆਂ ਹੁੰਦੀਆਂ ਜਿਹੜੀਆਂ ਪੱਕੀਆਂ ਇੱਟਾਂ ਕੱਚੀਆਂ ਇੱਟਾਂ ਇਸਤੇਮਾਲ ਕਰਦੇ ਆ ਅਤੇ ਕਿਉਂਕਿ ਆਪਣਾ ਗੁਜ਼ਾਰਾ ਕਰਨਾ ਹੁੰਦਾ ਇਸ ਤਰੀਕੇ ਨਾਲ ਘਰ ਬਣਾਏ ਜਾਂਦੇ ਆ ਮਿੱਟੀ ਦੇ ਲੇਪ ਨਾਲ ਬਹੁਤ ਖੂਬਸੂਰਤ ਲੱਗਦੇ ਆ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਗਾਰੇ ਦੀ ਚਨਾਈ ਵਗੈਰਾ ਸਾਰਾ ਕੁਛ ਗਾਰੇ ਦਾ ਕਰਦੇ ਆ ਅਤੇ ਅਜੇ ਤੱਕ ਇਸ ਤਰੀਕੇ ਨਾਲ ਪਾਥੀਆਂ ਥੱਪੀਆਂ ਹੁੰਦੀਆਂ ਦੀਵਾਰਾਂ ਦੇ ਉੱਪਰ ਇਹੀ ਜੀ ਇੱਥੇ ਇੱਦਾਂ ਦੇ ਮਾਹੌਲ ਰਹਿਣ ਸਹਿਣ ਇੱਦਾਂ ਦਾ ਹੀ ਹੁੰਦਾ ਵਾ ਮੁਸ਼ਕਿਲ ਔਕਾਤ ਨੂੰ ਮੁਸ਼ਕਿਲ ਜਿਹੜਾ ਉਹਨਾਂ ਦਾ ਵਕਤ ਹੁੰਦਾ ਉਹਨਾਂ ਨੂੰ ਕੱਟਣ ਲਈ ਜਿਹੜੀ ਵੀ ਜ਼ਰਾ ਜ਼ਰਾ ਉਹਨਾਂ ਨੂੰ ਮਿਹਨਤ ਮਿਲਦੀ ਆ ਕਰਦੇ ਆ ਹਾਂਜੀ ਜੀ ਉੱਧਰ ਟਰੈਕਟਰ ਟਰਾਲੀਆਂ ਦੇ ਨਾਲ ਮਸ਼ੀਨ ਵਾਲੀ ਇੱਟ ਤਿਆਰ ਕੀਤੀ ਜਾਂਦੀ ਪਈ ਆ ਉਹ ਦਿਖਾਈਓ ਅਤੇ ਹੋਰ ਗਧਾ ਗਾੜੀ ਦੇ ਉੱਪਰ ਜਿਹੜੀਆਂ ਇੱਟਾਂ ਖੁਸ਼ਕ ਹੋ ਜਾਂਦੀਆਂ ਡਰਾਈ ਹੋ ਜਾਂਦੀਆਂ ਉਹਨਾਂ ਨੂੰ ਗਧਾ ਗਾੜੀ ਜਿਹੜੀ ਉਹਦੇ ਉੱਪਰ ਲੱਦ ਕੇ ਇੱਕ ਇੱਕ ਇੱਟ ਲੱਦ ਕੇ ਭੱਠੇ ਦੇ ਕੋਲ ਲੈ ਕੇ ਜਾਇਆ ਜਾਂਦਾ ਵਾ ਉਹਨੂੰ ਫਿਰ ਪਕਾਇਆ ਜਾਂਦਾ ਉੱਥੇ ਵੀ ਲੱਦੋ ਰੱਖੋ ਇੱਥੇ ਬਣਾਓ ਮਿੱਟੀ ਬਣਾਓ ਬਹੁਤ ਮਿਹਨਤ ਹੁੰਦੀ ਆ ਇੱਥੇ ਮਿੱਟੀ ਰੱਖੀ ਹੋਈ ਆ ਚਿਕਣੀ ਮਿੱਟੀ ਜਿਹੜੀ ਹੁੰਦੀ ਆ ਉਹ ਇਸਤੇਮਾਲ ਕੀਤੀ ਜਾਂਦੀ ਆ ਇਹ ਜ਼ਿਆਦਾ ਅੱਛੀ ਹੁੰਦੀ ਆ ਇੰਟਾਂ ਵਗੈਰਾ ਬਣਾਉਣ ਲਈ ਜਿਹੜੀ ਆਮ ਮਿੱਟੀ ਹੁੰਦੀ ਉਹ ਨਹੀਂ ਇਸਤੇਮਾਲ ਕੀਤੀ ਜਾਂਦੀ ਬਸ ਮਿੱਟੀ ਹੁੰਦੀ ਤਾਂ ਪਾਣੀ ਦੇ ਨਾਲ ਗਿੱਲੀ ਕੀਤੀ ਜਾਂਦੀ ਆ ਪਾਣੀ ਦੀ ਜਿਹੜੀ ਸਹੂਲਤ ਵਾਸਤੇ ਟਿਊਬਵੈੱਲ ਲਗਾਇਆ ਹੋਇਆ ਵਾ ਹਾਂਜੀ ਜੀ ਇੱਦਾਂ ਜੀ ਇੱਟਾਂ ਤਿਆਰ ਹੁੰਦੀਆਂ ਗਰਮੀ ਬਹੁਤ ਜ਼ਿਆਦਾ ਨਾਲੇ ਕਿ ਮਜ਼ਦੂਰ ਨਹੀਂ ਲੱਗੇ ਹੋਏ ਫਿਰ ਆਊਂਗੀ ਸ਼ਾਮ ਟਾਈਮ ਜਾਂ ਸੁਬਹ ਟਾਈਮ ਆਊਂਗੀ ਫਿਰ ਤੁਹਾਨੂੰ ਤੁਹਾਡੇ ਨਾਲ ਅੱਛੇ ਤਰੀਕੇ ਨਾਲ ਸ਼ੇਅਰ ਕਰੂੰਗੀ ਹੁਣ ਜੀ ਮੋਬਾਈਲ ਵੀ ਤੱਪਣ ਦਿਆ ਤਸਵੀਰ ਤੱਪਣ ਦਿਆ ਗਰਮੀ ਦੇ ਵਿੱਚ ਕਿੱਦਾਂ ਦੇ ਗਿਆ ਜਾਓ ਵਲੋਗ ਲਾਈਕ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਬਸਕ੍ਰਾਈਬ ਕਰ ਲਈਓ ਇੱਕਦਮ ਜੀ ਮਜ਼ੇ ਮਜ਼ੇ ਦੇ ਪਿਆਰੇ ਪਿਆਰੇ ਵਲੋਗਸ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਸਟ ਉਹਨੇ ਬਹੁਤ ਸਾਰਾ ਖਿਆਲ ਰੱਖਿਓ ਦੁਆਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼।